ਹੈਲੋ ਸਟੂਡੈਂਟ ਅਬੋਹਰ ਐਜੂਕੇਸ਼ਨ ਹਬ ਦੇ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਦਿਵਿੰਦਰ ਯਾਦਵ ਤੁਹਾਨੂੰ ਅੱਜ ਮੈਂ ਖਾਸ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰੂੰਗਾ ਦੇਖੋ ਸਟੂਡੈਂਟ ਅੱਜ 9 ਅਗਸਤ ਸਿਗੀ ਤੇ ਅੱਜ ਸਾਡੀ ਐਂਟੀਟੀ ਯੂਨੀਅਨ ਦੀ ਮੀਟਿੰਗ ਸਿਗੀ ਮਾਨਯੋਗ ਐਜੂਕੇਸ਼ਨ ਮਨਿਸਟਰ ਸ਼੍ਰੀ ਹਰਜੋਤ ਬੈਂਸ ਜੀ ਨਾਲ ਉਹਦੇ ਵੇਰਵੇ ਆਪਣਾ ਨੂੰ ਜਲਦ ਹੀ ਮਿਲ ਦੇਣਗੇ ਯੂਨੀਅਨ ਵੱਲੋਂ ਜਿਹੜਾ ਹੈ ਉਹ ਦਿੱਤੇ ਜਾਣਗੇ ਠੀਕ ਹੈ ਵੀ ਮੀਟਿੰਗ ਹੋਈ ਆ ਨਹੀਂ ਹੋਈ ਸਟੂਡੈਂਟਸ ਐਂਟੀਟੀ ਦੀ ਆਪਾਂ ਤਿਆਰੀ ਕਰ ਰਹੇ ਆਂ ਕਾਫੀ ਬੱਚਿਆਂ ਨੇ ਐਂਟੀਟੀ ਕਰ ਰੱਖੀ ਹੈ ਉਹਨਾਂ ਦੀ ਤਿਆਰੀ ਲਈ 7000 ਵੈਕੈਂਸੀ ਜਿਹੜੀ ਹੈ ਪੰਜਾਬ ਦੇ ਵਿੱਚ ਜਲਦ ਹੀ ਆ ਰਹੀ ਹੈ ਠੀਕ ਹੈ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਐਂਟੀਟੀ ਔਰ ਇਹ ਲਾਇਬ੍ਰੇਰੀਅਨ ਬਾਰੇ ਤੁਹਾਨੂੰ ਕਹਿ ਰਿਹਾ ਹਾਂ ਕਿ ਇਹਦੇ ਬਾਰੇ ਵੈਕੈਂਸੀ ਜਿਹੜੀ ਹੈ ਉਹ ਆਪਣੀ ਆਏਗੀ ਅਬੋਰ ਐਜੂਕੇਸ਼ਨ ਹੱਬ ਦੇ ਜਿਹੜਾ ਚੈਨਲ ਐਂਟੀਟੀ ਨੂੰ ਡੈਡੀਕੇਟ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਅਤੇ ਸ਼ੇਅਰ ਕਰ ਜਿਹੜਾ ਬੱਚਾ ਐਂਟੀਟੀ ਦਾ ਹੈ ਜਿਨੇ ਇਗਨੂ ਤੋਂ ਐਂਟੀਟੀ ਕਰ ਰੱਖੀ ਹੈ ਜਿਹੜੇ ਬੱਚੇ ਦੀ ਡਿਗਰੀ ਆ ਚੁੱਕੀ ਹੈ ਜਿਹੜੇ ਬੱਚੇ ਦੀ ਮਾਰਕਸ਼ੀਟ ਵੀ ਆ ਚੁੱਕੀ ਹੈ ਜਿਹੜੇ ਬੱਚੇ ਨੇ ਸਾਰੇ ਡਾਕੂਮੈਂਟ ਕੰਪਲੀਟ ਹੈ ਉਹ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦਾ ਹੈ ਔਰ ਉਸ ਵਾਸਤੇ ਸਾਡਾ ਇੱਕ ਗਰੁੱਪ ਚੱਲ ਰਿਹਾ ਹੈ ਜਿਹਦਾ ਨਾਮ ਹੈ ਐਂਟੀਟੀ ਪੋਰਟਲ ਏਸ WhatsApp ਨੰਬਰ ਤੇ ਤੁਸੀਂ ਭੇਜ ਸਕਦੇ ਹੋ ਏਸ ਤੇ ਵੀ ਭੇਜ ਸਕਦੇ ਹੋ ਠੀਕ ਹੈ ਨਾ ਕਿਉਂਕਿ ਸਟੂਡੈਂਟ ਮੈਂ ਉਡਾਨ ਇੰਸਟੀਚੂਟ ਬਠਿੰਡਾ ਤੇ ਉਡਾਨ ਇੰਸਟੀਚਿਊਟ ਬਠਿੰਡਾ ਦੇ ਪੇਡ ਪੜਾਣਾ ਹਾਂ ਠੀਕ ਹੈ ਬਈ ਉਸ 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 ਵਟਸਐਪ ਗਰੁੱਪ ਦੇ ਵਿੱਚ ਜਿਹਦੇ ਵਿੱਚ ਇਹ ਵੈਸੇ ਮੇਰਾ ਹੀ ਨੰਬਰ ਹੈ ਠੀਕ ਹੈ ਨਾ ਇਥੇ ਆਪਣਾ ਨਾਮ ਐਗਜ਼ਾਮ ਜਿਵੇਂ ਕਿ ਐਂਟੀਟੀ ਇਸ ਤਰੀਕੇ ਨਾਲ ਤੁਸੀਂ ਭੇਜ ਦਿਓ ਜਿਹੜੇ ਬੱਚਿਆਂ ਨੇ ਜਿਹੜੇ ਬੱਚਿਆਂ ਨੇ ਇਸ ਨੰਬਰ ਤੇ ਭੇਜਿਆ ਹੋਇਆ ਹੈ ਪਹਿਲਾਂ ਧਿਆਨ ਦੇਣਾ ਜਿਹੜੇ ਬੱਚਿਆਂ ਨੇ ਇਸ ਨੰਬਰ ਤੇ ਭੇਜਿਆ ਹੋਇਆ ਹੈ ਇਸ ਚੈਨਲ ਵਾਲੇ ਨੰਬਰ ਤੇ ਭੇਜਿਆ ਹੋਇਆ ਹੈ ਉਹਨੂੰ ਦੁਬਾਰਾ ਜ਼ਰੂਰਤ ਨਹੀਂ ਹੈ ਜਿਹੜਾ ਬੱਚੇ ਨੇ ਸਾਡੇ ਗਰੁੱਪ ਦੇ ਵਿੱਚ ਸ਼ਾਮਿਲ ਨਹੀਂ ਹੈ ਸਿਰਫ ਉਹੀ ਇਹਨਾਂ ਦੇ ਵਿੱਚੋਂ ਕਿਸੇ ਨੰਬਰ ਦੇ ਵਿੱਚ ਆਪਣਾ ਨਾਮ ਐਗਜ਼ਾਮ ਤੇ ਡਿਸਟ੍ਰਿਕਟ ਲਿਖ ਕੇ ਭੇਜੋ ਤਾਂ ਕਿ ਅਸੀਂ ਐਂਟੀਟੀ ਵਾਲੇ ਗਰੁੱਪ ਚ ਉਹਨੂੰ ਸ਼ਾਮਿਲ ਕਰ ਲਈਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੈਕੈਂਸੀ ਅਤੇ ਜਿੰਨੀ ਵੀ ਇਨਫੋਰਮੇਸ਼ਨ ਹੋਏਗੀ ਐਂਟੀਟੀ ਦੇ ਰਿਗਾਰਡਿੰਗ ਚਾਹੇ ਉਹ ਹਰਿਆਣਾ ਦੇ ਰਿਗਾਰਡਿੰਗ ਚਾਹੇ ਉਹ ਆਪਣੇ ਰਾਜਸਥਾਨ ਦੇ ਰਿਗਾਰਡਿੰਗ ਚਾਹੇ ਉਹ ਪੰਜਾਬ ਦੇ ਰਿਗਾਰਡਿੰਗ ਠੀਕ ਹੈ ਤਾਂ ਤੁਸੀਂ ਇਸ ਗੱਲ ਦੇ ਪਹਿਲਾਂ ਆਲਰੇਡੀ ਮੈਂ ਵੀਡੀਓ ਬਣਾ ਚੁੱਕਿਆ ਹਾਂ ਉਡਾਨ ਇੰਸਟੀਚਿਊਟ ਬਠਿੰਡਾ ਦੇ ਪਲੇਟਫਾਰਮ ਤੇ ਮੈਂ ਕਾਫੀ ਵੀਡੀਓ ਪਾ ਚੁੱਕਿਆ ਹਾਂ ਜਿਦੇ ਵਿੱਚ ਮੈਂ ਮਹਾਤਮਾ ਗਾਂਧੀ ਆਈਸੀਡੀਐਸ ਵਿਟਾਮਿਨਸ ਬਹੁਤ ਵੀਡੀਓ ਮੈਂ ਪਾ ਰੱਖਿਆ ਠੀਕ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਉੱਥੇ ਪੰਜਾਬੀ ਏ ਦੀ ਵੀ ਕਲਾਸ ਦੇਖਣਗੀ ਦਿਖੇਗੀ ਉਹਦੇ ਨਾਲ ਨਾਲ ਤੁਹਾਨੂੰ ਜੀਨ ਪਿਆਜੇ ਦੀ ਵੀ ਕਲਾਸ ਦਿਖੇਗੀ ਠੀਕ ਹੈ ਨਾ ਤਾਂ ਇਸ ਤਰੀਕੇ ਨਾਲ ਪੂਰਾ ਡੈਮੋ ਅਸੀਂ ਦੇ ਰੱਖਿਆ ਹੈ ਸਿਸਟਮੈਟਿਕਲੀ ਪੜਾਈ ਲਈ 1 ਸਾਲ ਦੀ ਵੈਲਿਡਿਟੀ ਤੁਹਾਨੂੰ ਦਿੱਤੀ ਜਾਏਗੀ ਜਦੋਂ ਤੱਕ ਪੇਪਰ ਨਹੀਂ ਹੁੰਦਾ ਹੈ ਬਿਹਤਰੀਨ ਤਰੀਕੇ ਨਾਲ ਤੁਹਾਨੂੰ ਉੱਥੇ ਤਿਆਰੀ ਕਰਵਾਈ ਜਾਏਗੀ ਸਾਡੇ ਬੈਚ ਦਾ ਉੱਥੇ ਨਾਮ ਹੈ ਵਿਸ਼ਵਾਸ ਠੀਕ ਹੈ ਨਾ ਵਿਸ਼ਵਾਸ ਬੈਚ ਹੈ ਜਿਹੜਾ ਉਡਾਨ ਇੰਸਟੀਚਿਊਟ ਬਠਿੰਡਾ ਦਾ ਹੈ ਇਹ ਆਤਮ ਵਿਸ਼ਵਾਸ ਹੈ ਉੱਥੇ ਮੈਂ ਪੜ੍ਹਾਣਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਮਿਲੇਗਾ ਕੀ ਕੀ ਸਾਰੀ ਪੀਡੀਐਫਸ ਮਿਲਣਗੀਆਂ ਠੀਕ ਹੈ ਸਾਰੇ ਕੋਰਸਸ ਮਿਲਣਗੇ ਠੀਕ ਹੈ ਜੀ ਔਰ ਪੰਜਾਬੀ ਏ ਦੀ ਤਿਆਰੀ ਵੀ ਤੁਹਾਨੂੰ ਕਰਾਈ ਜਾਏਗੀ ਠੀਕ ਹੈ ਨਾ ਉਹਦੇ ਵਾਸਤੇ ਕੋਈ ਐਕਸਟਰਾ ਚਾਰजेस ਤੁਹਾਡੇ ਨਹੀਂ ਹੈ ਸਿਰਫ ਜਿਹੜੀ ਇਸ ਬੈਚ ਦੀ ਫੀਸ ਹੈ ਉਹਦੇ ਵਿੱਚ ਹੀ ਤੁਹਾਨੂੰ ਤਿਆਰੀ ਕਰਵਾਈ ਜਾਏਗੀ ਠੀਕ ਹੈ ਇਹਦੇ ਨਾਲ ਨਾਲ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦੇ ਰੱਖਿਆ ਉਹਦੇ ਤੇ ਵੀ ਗੱਲਬਾਤ ਕਰ ਸਕਦੇ ਹੋ ਤੁਸੀਂ ਇਹ ਵੀ ਸਾਡਾ ਇੱਕ ਗਰੁੱਪ ਦਾ ਨੰਬਰ ਹੈ ਉਡਾਨ ਇੰਸਟੀਚਿਊਟ ਬਠਿੰਡਾ ਦਾ ਜਿੱਥੇ ਮੈਂ ਪੇਡ ਪੜਾਉਣਾ ਠੀਕ ਹੈ ਨਾ ਐਂਟੀਟੀ ਪੇਡ ਪੜਾਉਣਾ ਜਿੱਥੇ ਮੈਂ ਠੀਕ ਹੈ ਨਾ ਤਾਂ ਉਹ ਗੱਲ ਤੁਸੀਂ ਯਾਦ ਰੱਖਣੀ ਹੈ ਅਗਰ ਤੁਸੀਂ ਇਸ ਨੰਬਰ ਤੇ ਵਟਸਐਪ ਆਲਰੇਡੀ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਫਿਰ ਤੁਸੀਂ ਉਸ ਗਰੁੱਪ ਦੇ ਵਿੱਚ ਐਂਟੀਟੀ ਪੋਰਟਲ ਵਾਲੇ ਗਰੁੱਪ 'ਚ ਆ ਗਏ ਸਟੂਡੈਂਟਸ ਐਂਟੀਟੀ ਦੀ 7000 ਵੈਕੈਂਸੀ ਆਉਣ ਵਾਲੇ ਦਿਨਾਂ 'ਚ ਆਣ ਵਾਲੀ ਹੈ ਹਰਿਆਣੇ ਚ 4000 ਵੈਕੈਂਸੀ ਆਨ ਆਲੀ ਹੈ ਠੀਕ ਹੈ ਵੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਆਪਾਂ ਕਿਸ ਤਰੀਕੇ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂਆਤ ਕਰਨੀ ਹੈ ਸਾਰੀ ਜਗ੍ਹਾ ਵੀਡੀਓ ਦੇਖੋ ਤੁਸੀਂ ਐਨਾਲਿਸਿਸ ਕਰਿਆ ਕਰੋ ਠੀਕ ਹੈ ਔਰ ਆਨ ਆਲੇ ਦਿਨਾਂ ਚ ਮੈਂ ਜ਼ਿਆਦਾਤਰ ਬੱਚਿਆਂ ਨੂੰ ਥਿਉਰੀ ਦੇ ਨਾਲ ਐਮਸੀਕਿਊ ਦੀ ਪ੍ਰੈਕਟਿਸ ਕਰਾਣੀ ਹੈ ਕਿਉਂਕਿ ਪੇਪਰ ਦੇ ਵਿੱਚ ਐਮਸੀਕਿਊ ਹੀ ਆਣੇ ਆ ਠੀਕ ਹੈ ਭਾਈ ਤਾਂ ਚੈਨਲ ਨੂੰ ਤੁਸੀਂ ਸਭ ਤੋਂ ਪਹਿਲਾਂ ਸਾਡੇ ਇਸ ਜਿਹੜਾ ਮੇਰਾ ਆਪਦਾ ਚੈਨਲ ਹੈ ਅਬੋਹਰ ਐਜੂਕੇਸ਼ਨ ਹਬ ਇਹਨੂੰ ਤੁਸੀਂ ਜ਼ਰੂਰ ਲਾਈਕ ਕਰੋ ਉਡਾਨ ਇੰਸਟੀਚੂਟ ਬਠਿੰਡਾ ਦੇ ਚੈਨਲ ਨੂੰ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਨਾ ਤਾਂ ਇਹ ਮੈਂ ਤੁਹਾਨੂੰ ਇਹ ਦੱਸ ਕਰ ਦੱਸ ਰਿਹਾ ਹਾਂ ਕਾਫੀ ਬੱਚੇ ਇੱਥੇ ਮੇਰੇ ਐਡ ਹੈ ਉਹਨਾਂ ਬੱਚਿਆਂ ਨੂੰ ਵੀ ਮੈਂ ਕਹਿੰਨਾ ਇੱਥੇ ਵੀ ਤੁਹਾਡੀਆਂ ਕਲਾਸਾਂ ਜਿਹੜੀਆਂ ਇਸ ਤਰੀਕੇ ਨਾਲ ਇਨਫੋਰਮੇਟਿਵ ਵੀਡੀਓ ਮੈਂ ਤੁਹਾਨੂੰ ਦੱਸਦਾ ਰਹੂੰਗਾ ਕਿਉਂਕਿ ਉੱਥੇ ਟਾਈਮ ਦੀ ਸ਼ੋਰਟੇਜ ਹੈ ਠੀਕ ਹੈ ਤੋੜ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਤਾਂ ਰਾਤ ਦੇ 9 ਵਜੇ ਹੋਏ ਹੈ ਠੀਕ ਹੈ ਨਾ ਤਾਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਠੀਕ ਹੈ ਜੀ ਤਾਂ ਇਹ ਗੱਲ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਨਾ ਅਗਰ ਤੁਸੀਂ ਆਪਣਾ ਮੋਬਾਈਲ ਨੰਬਰ WhatsApp ਗਰੁੱਪ 'ਚ ਜੁੜੇ ਨਹੀਂ ਹੋ ਤਾਂ ਇੱਥੇ ਜ਼ਰੂਰ ਤੁਸੀਂ ਜੁਆਇਨ ਕਰ ਲਓ ਪੰਜਾਬ ਸਕੂਲ ਲਾਇਬ੍ਰੇਰੀਅਨ ਦੀ ਵੀ 292 ਦੇ ਕਰੀਬ ਵੈਕੈਂਸੀ ਆਏਗੀ ਠੀਕ ਹੈ ਲਾਇਬ੍ਰੇਰੀ ਰੀਸਟੋਰਰ ਦੇ ਵੀ 60 ਪਲੱਸ ਵੈਕੈਂਸੀ ਜਿਹੜੀ ਹੈ ਉਹ ਆ ਰਹੀ ਹੈ ਠੀਕ ਹੈ ਜੀ ਤਾਂ ਸਾਰੇ ਬੱਚਿਆਂ ਨੂੰ ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਅਬੋਹਰ ਐਜੂਕੇਸ਼ਨ ਦੇ ਇਸ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਅਤੇ ਸ਼ੇਅਰ ਕਰੋ ਠੀਕ ਹੈ ਇਹ ਛੋਟੀ ਜੀ ਇਨਫੋਰਮੇਸ਼ਨ ਸੀਗੀ ਤਾਂ ਕਿ ਕਈ ਬੱਚਿਆਂ ਨੂੰ ਪਤਾ ਨਹੀਂ ਸੀ ਮੇਰੇ ਵਾਲੇ ਚੈਨਲ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿ ਲਾਈਕ ਤੁਸੀਂ ਜਰੂਰ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਹੈ ਕਿ ਤੁਹਾਨੂੰ ਉਡਾਨ ਇੰਸਟੀਚਿਊਟ ਬਠਿੰਡਾ ਦਾ ਚੈਨਲ ਮਿਲਿਆ ਹੈ ਕਿ ਨਹੀਂ ਮਿਲਿਆ ਹੈ ਅਬਹਰ ਐਜੂਕੇਸ਼ਨ ਵੀ ਮੇਰਾ ਹੀ ਚੈਨਲ ਹੈ ਠੀਕ ਹੈ ਤਾਂ ਇਹ ਤੁਸੀਂ ਡੋਂਟ ਵਰੀ ਰਹੋ ਉੱਥੇ ਹੀ ਮੈਂ ਸਿਲੇਬਸ ਪੂਰਾ ਕਰਵਾਉਂਗਾ ਉਡਾਨ ਇੰਸਟੀਚਿਊਟ ਬਠਿੰਡਾ ਤੇ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਚ ਉਦੋਂ ਤੱਕ ਲਈ ਬਾਏ ਬਾਏ ਜੈ ਹਿੰਦ